सब्सक्राइब करें न्यूज 89 चैनल को और बेल आइकन दबाना ना भूलें सबसे तेज सबसे पहले खबरें देखने के लिए। धन्यवाद। डेरा सच्चा सौदा सिरसा के मुखी गुरमीत राम रहीम को सीबीआई की विशेष अदालत द्वारा 25 अगस्त को सजा सुनाई जाने के बाद जिला संगरूर में हिंसा फैलाने के आरोप में थाना सदर धूरी की पुलिस की ओर से 5 व्यक्तियों को काबू किया गया है। इस संबंधी डीएसपी धूरी नाहर सिंह, थाना सदर धूरी के एसएचओ परमिंदर सिंह व रणी के चौकी के इंचार्ज हीरा सिंह ने पत्रकारों को जानकारी देते हुए बताया कि सदर धूरी परमिंदर सिंह इंस्पेक्टर साहब ਅਤੇ ਹੀਰਾ ਸਿੰਘ ਚੌਕੀ ਇੰਚਾਰਜ ਰਣੀਕੇ ਦੀਆਂ ਸਖਤ ਮਿਹਨਤ ਨਾਲ ਅੱਜ ਅਸੀਂ 5 ਦੋਸ਼ੀ ਗ੍ਰਿਫਤਾਰ ਕੀਤੇ ਨੇ। ਇਹਨਾਂ ਨੇ ਪੁੱਛਗਿੱਛ ਦੇ ਵਿੱਚ ਦੱਸਿਆ ਕਿ ਪਹਿਲਾਂ 23 ਤਰੀਕ ਨੂੰ ਰਜਿੰਦਰ ਰਾਏ ਦੇ ਘਰ ਦੇ ਦੁਕਾਨ ਦੇ ਵਿੱਚ ਮੀਟਿੰਗ ਹੋਈ ਸੀ। ਉਸ ਤੋਂ ਮਗਰੋਂ ਇਹਨਾਂ ਨੇ ਇੱਕ ਮੀਟਿੰਗ ਪੁਲ ਦੇ ਥੱਲੇ, ਧੂਰੀ ਪੁਲ ਦੇ ਥੱਲੇ ਜੀਤਪਾਲ ਨਾਂ ਦੇ ਵਿਅਕਤੀ ਦੇ ਘਰ ਦੇ ਵਿੱਚ ਕਰੀ ਸੀ, ਜਿਸ ਦੇ ਵਿੱਚ ਦੁਨੀ ਚੰਦ ਸ਼ੇਰਪੁਰ ਅਤੇ ਮੇਜਰ ਖਿਆਲਾ ਵੀ ਸ਼ਾਮਿਲ ਹੋਏ ਸੀ। ਮੀਟਿੰਗ ਤੋਂ ਬਾਅਦ ਮੇਜਰ ਖਿਆਲਾ ਪਟਿਆਲੇ ਜ਼ਿਲ੍ਹੇ 'ਚ ਘੱਗਾ ਸਾਈਡ 'ਤੇ ਅਤੇ ਦੁਨੀ ਚੰਦ ਬਲਵੇੜਾ ਰਾਜਪੁਰਾ ਸਨੌਰ ਚਲੇ ਗਏ। ਜਿਹੜੇ ਇੱਥੇ ਇਹਨਾਂ ਦੀ ਡਿਊਟੀ ਲੱਗੀ ਲਾਈ ਸੀ, ਇਹਨਾਂ ਨੇ ਧੂਰੀ ਅਮਨਦੀਪ ਹੈ ਅਤੇ ਭਗਤ ਸਿੰਘ, ਇਹਨਾਂ ਨੇ 23 ਤਰੀਕ ਨੂੰ ਪਹਿਲਾਂ ਤਾਂ ਇਹਨਾਂ ਨੇ ਕਰਿਆ ਕਿਸੇ ਪੰਚਕੂਲੇ ਸੰਗਤ ਭੇਜਣ ਵਾਸਤੇ ਅਤੇ 25 ਤਰੀਕ ਨੂੰ ਸੰਗਤ ਦਾ ਕਿਲ੍ਹਾ ਹਕੀਮਾ ਇਹਨਾਂ ਨੇ ਕਿਹਾ ਸੀ ਕਿ ਸਤਸੰਗ ਹੋਊਗਾ ਉੱਥੇ ਜਾਣਾ। ਇਹਨਾਂ ਨੇ 25 ਤਰੀਕ ਨੂੰ ਭਗਤ ਕਿਲ੍ਹਾ ਹਕੀਮਾ ਹਾਜ਼ਰ ਰਿਹਾ ਅਤੇ ਅਮਨੀ ਘਰ ਦੇ ਵਿੱਚ ਹਾਜ਼ਰ ਰਿਹਾ, ਜਿਸ ਨੇ TV 'ਤੇ ਜਦੋਂ ਬਾਬੇ ਦੇ ਖਿਲਾਫ ਫੈਸਲਾ ਆ ਗਿਆ ਅਤੇ ਭਗਤ ਸਿੰਘ ਨੇ ਲੋਕਾਂ ਨੂੰ ਸਪੀਕਰ ਦੇ ਵਿੱਚ ਤਾਂ ਕਿਹਾ ਸੀ ਕਿ ਅਮਨ ਸ਼ਾਂਤੀ ਬਣਾ ਕੇ ਰੱਖਿਓ, ਪਰ ਇਹਨਾਂ ਨੇ ਪ੍ਰਦੀਪ ਅਤੇ ਬੰਟੂ, ਜਿਹੜਾ ਨਰਿੰਦਰਪਾਲ ਬੰਟੂ ਨੂੰ ਕਿਹਾ ਪਹਿਲਾਂ ਹੀ ਤਿਆਰ ਕਰਿਆ ਹੋਇਆ ਸੀ ਕਿ ਤੁਸੀਂ ਨੇ ਬਾਹਰ ਪੁਲਿਸ ਦੀ ਬੱਸ ਖੜ੍ਹੀ ਹੈ ਉਹਨੂੰ ਜਾ ਕੇ ਅੱਗ ਲਾਉਣੀ ਹੈ, ਜਿਹਦੇ ਵਿੱਚ ਮੁਲਾਜ਼ਮ ਬੈਠੇ ਸੀ। ਇਹਨਾਂ ਨੇ ਜਾ ਕੇ ਜਿਹੜਾ ਪ੍ਰਦੀਪ ਹੈ ਉਹਨੇ ਕਿੰਨੀ ਤੇਲ ਵਾਲੀ ਲੈ ਕੇ ਗਿਆ ਸੀ ਅਤੇ ਬੰਟੀ ਕੋਲ ਮੋਟਰਸਾਈਕਲ ਸੀ, ਇਹਨਾਂ ਨੇ ਉਸ ਨੂੰ ਅੱਗ ਲਾ ਕੇ ਅਤੇ ਭੱਜ ਗਏ ਸੀ ਉੱਥੋਂ। ਉਸ ਤੋਂ ਬਾਅਦ ਦੇ ਵਿੱਚ ਹੁਣ ਇਹਨਾਂ ਨੇ ਸਾਡੇ ਦੋਵੇਂ ਅਫਸਰਾਂ ਨੇ ਚੌਂਕੀ ਇੰਚਾਰਜ ਅਤੇ SHO ਸਦਰ ਨੇ ਸਖਤ ਮਿਹਨਤ ਨਾਲ ਇਹਨਾਂ ਨੂੰ ਗ੍ਰਿਫਤਾਰ ਕਰਕੇ ਅਤੇ ਅੱਜ ਅਸੀਂ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ। ਗੱਲਬਾਤ ਸਰ, ਸਾਨੂੰ ਮੀਟਿੰਗ ਦੇ ਵਿੱਚ ਕਿਹਾ ਗਿਆ ਸੀ, ਦੁਨੀਆ ਚੰਦ ਨੇ ਕਿਹਾ ਸੀ ਵੀ ਜੇ ਆਪਣੇ ਸੰਤਾਂ ਦੇ ਖਿਲਾਫ਼ ਕੋਈ ਫੈਸਲਾ ਆ ਜਾਂਦਾ ਤਾਂ ਆਪਾਂ ਮਤਲਬ ਭੰਨ ਤੋੜ ਵਗੈਰਾ ਕਰਨੀ, ਬਸ ਇਹੀ ਗੱਲ ਹੋਈ ਹੈ। ਜੋ ਵੀ ਹੋਇਆ ਸਾਨੂੰ ਇਹਦਾ ਗੱਲ ਦਾ ਪਛਤਾਵਾ ਜੀ। ਧੂਰੀ ਸੇ ਕੈਮਰਾਮੈਨ ਗੁਰਿੰਦਰ ਸੋਢੀ ਕੇ ਸਾਥ ਮੀਡੀਆ ਪਰਸਨ ਰਵਿੰਦਰ ਜੋਲੀ, ਨਿਊਜ਼ 89। ਸਬਸਕ੍ਰਾਈਬ ਕਰੇਂ ਨਿਊਜ਼ 89 ਚੈਨਲ ਕੋ ਔਰ ਬੈਲ ਆਇਕਨ ਦਬਾਨਾ ਨਾ ਭੁਲੇਂ ਸਬਸੇ ਤੇਜ਼ ਸਬਸੇ ਪਹਿਲੇ ਖਬਰੇਂ ਦੇਖਣੇ ਕੇ ਲੀਏ। ਧੰਨਵਾਦ।